ਦੋਸਤੋ ਐਮਡੀ ਜੌਬ ਅਲਰਟਸ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਪੂਰਾ ਡਿਟੇਲ ਦੇ ਵਿੱਚ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜੋ ਕਿ ਇਨਸਪੈਕਟਰ 320 ਸਾਮੀਆਂ ਆਈਆਂ ਨੇ ਗੀਆਂ 50 ਪਬਲਿਕ ਸਰਵਿਸ ਕਮਿਸ਼ਨ ਪੀਪੀਐਸਸੀ ਬੋਰਡ ਦੇ ਵੱਲੋਂ ਕੱਢੀਆਂ ਗਈਆਂ ਨੇ ਉਹਨਾਂ ਸੰਬੰਧੀ ਕੰਪਲੀਟ ਜਾਣਕਾਰੀ ਦੇਵਾਂਗੇ ਕੀ ਕੀ ਦੀ ਕੁਆਲੀਫਿਕੇਸ਼ਨ ਹੈ ਪੋਸਟ ਅਨੁਪਾਣ ਦੇ ਲਈ ਕੌਣ ਕੌਣ ਐਲੀਜੀਬਲ ਹੈ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਹੋ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗਾ ਇੱਕ ਹੋਰ ਬੇਨਤੀ ਹੈ ਕਿ ਅਸੀਂ ਟੈਲੀਗ੍ਰam ਚੈਨਲ ਸ਼ੁਰੂ ਕੀਤਾ ਹੈ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਵਾਂਗਾ ਤੁਸੀਂ ਉੱਥੇ ਲਿੰਕ ਦੇ ਉੱਤੇ ਕਲਿੱਕ ਕਰਕੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰੋ ਤਾਂ ਕਿ ਤੁਹਾਨੂੰ ਕੋਈ ਵੀ ਅਪਡੇਟ ਆਉਂਦਾ ਹੈ ਜਾਂ ਕੋਈ ਵੀ ਲਿਸਟ ਅਪਲੋਡ ਕਰਨੀ ਹੈ ਰਿਜ਼ਲਟ ਲਿਸਟ ਅਪਲੋਡ ਕਰਨੀ ਹੈ ਤਾਂ ਅਸੀਂ ਟੈਲੀਗ੍ਰam ਚੈਨਲ ਦੇ ਵਿੱਚ ਅਪਲੋਡ ਕਰਿਆ ਕਰਾਂਗੇ ਤੇ ਤੁਹਾਡੀਆਂ ਵੀਡੀਓਜ਼ ਦਾ ਲਿੰਕ ਵੀ ਤੁਹਾਨੂੰ ਟੈਲੀਗ੍ਰam ਚੈਨਲ ਦੇ ਵਿੱਚ ਮਿਲ ਜਾਇਆ ਕਰੇਗਾ ਅਗਰ ਤੁਸੀਂ ਹਾਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲੋ ਤੇ ਬੈਲ ਆਈਕਨ ਨੂੰ ਵੀ ਦਬਾ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਅਸਾਮੀ ਸੰਬੰਧੀ ਜਾਣਕਾਰੀ ਪੇਪਰ ਸੰਬੰਧੀ ਜਾਣਕਾਰੀ ਜਾਂ ਕੋਈ ਵੀ ਅਪਡੇਟ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਪੀਪੀਐਸਸੀ ਬੋਰਡ ਦੇ ਵੱਲੋਂ 320 ਇਨਸਪੈਕਟਰ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਅਸਾਮੀਆਂ ਕੱਢੀਆਂ ਨੇਗੀਆਂ ਇਸ ਦੇ ਵਿੱਚ ਜੋ ਇਨੀਸ਼ੀਅਲ ਪੇ ਦਿੱਤੀ ਜਾਏਗੀ 35400 ਰੁਪਏ ਪ੍ਰਤੀ ਮਹੀਨਾ ਇਨੀਸ਼ੀਅਲ ਪੇ ਦਿੱਤੀ ਜਾਵੇਗੀ ਇਸ ਨੂੰ ਰਿਜ਼ਰਵੇਸ਼ਨ ਕੈਟਾਗਰੀ ਵਾਈਜ਼ ਇਸ ਤਰ੍ਹਾਂ ਡਿਵਾਈਡ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਜਰਨਲ ਦੇ ਲਈ 125 ਅਸਾਮੀਆਂ ਨੇ ਉਸ ਤੋਂ ਬਾਅਦ ਇੱਕ ਸਰਵਿਸਮੈਨ ਐਲ ਡੀ ਐਸ ਐਮ ਪੰਜਾਬ ਦੇ ਲਈ 23 ਅਸਾਮੀਆਂ ਨੇ ਉਸ ਤੋਂ ਬਾਅਦ ਵਾਰਡਜ਼ ਆਫ ਫਰੀडम ਫਾਈਟਰਸ ਪੰਜਾਬ ਦੇ ਲਈ 3 ਅਸਾਮੀਆਂ ਨੇ ਇਸ ਤੋਂ ਬਾਅਦ ਜੋ ਨੈਕਸਟ ਕਾਲਮ ਬਣਾਇਆ ਹੋਇਆ ਪੋਸਟਸ ਰਿਜ਼ਰਵਡ ਫॉर ਊਮਨ ਆਊਟ ਆਫ ਟੋਟਲ ਨੰਬਰ ਆਫ ਪੋਸਟ ਟੋਟਲ ਨੰਬਰ ਆਫ ਪੋਸਟ ਦੇ ਵਿੱਚ ਇਹ ਸਾਰੀਆਂ ਊਮਨ ਦੇ ਲਈ ਰਿਜ਼ਰਵਡ ਨਹੀਂ ਸਾਰੀਆਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬਾਰਜ ਆਫ ਫਰੀडम फाइਟਰ ਪੰਜਾਬ ਦੇ ਲਈ ਤਿੰਨ ਅਸਾਮੀਆਂ ਨੇ ਸਪੋਰਟਸ ਪਰਸਨਲ ਦੇ ਲਈ 6 ਅਸਾਮੀਆਂ ਨੇ ਪਰਸਨਲ ਵਿਦ ਡਿਸੇਬਿਲਟੀ ਚਾਰ ਅਸਾਮੀਆਂ ਨੇ ਐਸਸੀ ਲਈ 32 ਅਸਾਮੀਆਂ ਨੇ ਐਸਸੀ ਅਦਰ ਯੂਐਸਐਮ ਦੇ ਲਈ 6 ਅਸਾਮੀਆਂ ਨੇ ਤੁਸੀਂ ਇਹ ਸਾਰੀ ਲਿਸਟ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਲਿਸਟ ਟੈਲੀਗ੍ਰਾਮ ਚੈਨਲ ਉੱਤੇ ਅਪਲੋਡ ਕਰ ਦੇਵਾਂਗਾ ਉਸ ਤੋਂ ਬਾਅਦ ਤੁਹਾਨੂੰ ਸੈਲਰੀ ਦੀ ਗੱਲ ਕਰੀ ਤਾਂ ਸੈਲਰੀ 35400 ਰੁਪਏ ਪ੍ਰਤੀ ਮਹੀਨਾ ਇਨੀਸ਼ੀਅਲ ਦਿੱਤੀ ਜਾਵੇਗੀ 3 ਸਾਲਾਂ ਦੇ ਪੀਰੀਅਡ ਤੱਕ ਉਸ ਤੋਂ ਬਾਅਦ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਅਗਰ ਤੁਸੀਂ ਬੈਚਲਰ ਡਿਗਰੀ ਕੋਈ ਵੀ ਬੀ ਗ੍ਰੈਜੂਏਸ਼ਨ ਕੀਤੀ ਹੈ ਜਾਂ ਉਸ ਦੇ ਇਕੁਇਵੈਲੈਂਟ ਡਿਗਰੀ ਕੀਤੀ ਹੈ ਤੁਹਾਡੇ 60% ਮਾਰਕਸ ਨੇ ਤਾਂ ਤੁਸੀਂ ਐਲੀਜੀਬਲ ਹੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਉਸ ਤੋਂ ਬਾਅਦ ਜੋ ਸੈਕੰਡ ਕੁਆਲੀਫਿਕੇਸ਼ਨ ਰੱਖੀ ਗਈ ਹੈ 120 ਘੰਟੇ ਦਾ ਤੁਹਾਡਾ ਕੰਪਿਊਟਰ ਕੋਰਸ ਕੀਤਾ ਹੋਣਾ ਲਾਜ਼ਮੀ ਹੈ ਅਗਰ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਉਸ ਤੋਂ ਬਾਅਦ ਪੰਜਾਬੀ 10ਵੀਂ ਪੱਧਰ ਦੇ ਤੁਹਾਡੀ ਪਾਸ ਹੋਣੀ ਚਾਹੀਦੀ ਹੈ ਅਗਰ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਏਜ ਦੀ ਗੱਲ ਕਰੀਏ ਤਾਂ ਕੈਂਡੀਡੇਟਸ ਜੋ ਸ਼ੁੱਡ ਨਾਟ ਬੀ ਬਿਲੋ 18 ਸਾਲ ਤੋਂ ਘੱਟ ਉਮਰ ਦਾ ਨਹੀਂ ਹੋਣਾ ਚਾਹੀਦਾ ਜਾਂ 37 ਸਾਲ ਤੋਂ ਉੱਪਰ ਨਹੀਂ ਹੋਣਾ ਚਾਹੀਦਾ ਜੋ ਏਜ ਲਿਮਟ ਰੱਖੀ ਗਈ ਹੈ 18 ਤੋਂ 37 ਸਾਲ ਰੱਖੀ ਗਈ ਹੈ ਤੇ ਏਜ ਰਿਲੈਕਸੇਸ਼ਨ ਐਜ਼ ਪਰ ਜੋ ਗਵਰਨਮੈਂਟ ਨੋਰਮਸ ਨੇ ਉਹਦੇ ਅਕੋਰਡਿੰਗ ਦਿੱਤੀ ਜਾਵੇਗੀ ਸਿਲੈਕਸ਼ਨ ਦਾ ਪ੍ਰੋਸੀਜਰ ਕੀ ਹੈ ਜੋ ਰਿਟਨ ਕੰਪੀਟੀਟਿਵ ਐਗਜ਼ਾਮੀਨੇਸ਼ਨ ਹੋਵੇਗਾ ਐਗਜ਼ਾਮ ਹੋਵੇਗਾ 120 ਜੋ ਕੁਐਸਚਨ ਆਉਣਗੇ ਤੇ ਟੋਟਲ 480 ਨੰਬਰ ਦਾ ਹੋਵੇਗਾ ਕੋਈ ਵੀ ਇਸ ਤੋਂ ਬਾਅਦ ਇੰਟਰਵਿਊ ਨਹੀਂ ਹੋਵੇਗੀ ਰਿਟਰਨ ਟੈਸਟ ਬੇਸ ਦੇ ਉੱਤੇ ਹੀ ਤੁਹਾਡੀ ਸਿਲੈਕਸ਼ਨ ਹੋਵੇਗੀ ਉਸ ਤੋਂ ਬਾਅਦ ਜੋ ਪੈਟਰਨ ਹੈ ਪੇਪਰ ਦਾ ਉਸ ਦੇ ਵਿੱਚ ਜੋ ਕੁਐਸਚਨ ਫਰੋਮ ਲੌਜੀਕਲ ਰੀਜ਼ਨਿੰਗ ਤੇ ਮੈਂਟਲ ਅਬਿਲਿਟੀ ਦੇ ਵਿੱਚ 40 40 ਕੁਐਸਚਨ ਆਉਣਗੇ ਜੋ ਕਿ 160 ਨੰਬਰ ਦੇ ਹੋਣਗੇ ਉਸ ਤੋਂ ਬਾਅਦ ਕੁਐਸਚਨ ਜਨਰਲ ਨੌਲੇਜ ਤੇ ਕਰੰਟ ਅਫੇਅਰ ਨੈਸ਼ਨਲ ਐਂਡ ਇੰਟਰਨੈਸ਼ਨਲ ਇੰਪੋਰਟੈਂਸ ਤੇ ਹੋਣਗੇ 80 80 ਕੁਐਸਚਨ ਉਸ ਦੇ ਜੋ ਟੋਟਲ ਮਾਰਕਸ ਹੋਣਗੇ 320 ਟੋਟਲ 120 ਕੁਐਸਚਨ ਆਉਣਗੇ ਤੇ 480 ਮਾਰਕਸ ਦਾ ਤੁਹਾਡਾ रिटन एग्जामिनेशन ਹੋਵੇਗਾ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਇਸ ਦੇ ਵਿੱਚ ਨੈਗੇਟਿਵ ਮਾਰਕਿੰਗ ਵੀ ਹੋਵੇਗੀ ਈਚ ਕੁਐਸਚਨ 4 ਮਾਰਕਸ ਦਾ ਹੋਵੇਗਾ ਉਸ ਤੋਂ ਬਾਅਦ ਡਿਊਰੇਸ਼ਨ ਟੈਸਟ ਦੀ 2 ਘੰਟੇ ਦਾ ਟੈਸਟ ਹੋਵੇਗਾ ਤੁਹਾਡਾ ਜੋ ਸਲੇਵਸ ਹੈ ਉਹ ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਉੱਤੇ ਸੈਂਡ ਕਰ ਦੇਵਾਂਗੇ ਲੌਜੀਕਲ ਰੀਜਨਿੰਗ ਮੈਂਟਲ ਅਬਿਲਟੀ ਐਂਡ ਜਨਰਲ ਨੌਲਜ ਜੋ ਮੋਡ ਆਫ ਐਗਜ਼ਾਮੀਨੇਸ਼ਨ ਹੈ ਆਫਲਾਈਨ ਹੈ ਮੀਨ ਜੈਨ ਪੈਨ ਐਂਡ ਪੇਪਰ ਬੇਸਡ ਟੈਸਟ ਹੋਵੇਗਾ OMR ਸ਼ੀਟ ਦੇ ਉੱਪਰ ਤੁਹਾਡਾ ਟੈਸਟ ਲਿਆ ਜਾਵੇਗਾ ਜੋ ਟੈਸਟ ਸੈਂਟਰ ਹੋਣਗੇ एग्जाम ਸੈਂਟਰ ਹੋਣਗੇ ਉਹ ਤੁਹਾਨੂੰ ਨੋਟਿਸ ਕਰਵਾ ਦਿੱਤੇ ਜਾਣਗੇ ਇਹਦਾ ਐਡਮਿਟ ਕਾਰਡ ਤੁਹਾਡੇ ਐਡਮਿਟ ਕਾਰਡ ਦੇ ਵਿੱਚ ਹੋਣਗੇ ਜੋ ਕਿ ਵੈਬਸਾਈਟ ਦੇ ਉੱਤੇ ਅਪਲੋਡ ਕਰ ਦਿੱਤੇ ਜਾਣਗੇ ਹਾਂਜੀ ਜੋ ਆਖਰੀ ਮਿਤੀ ਹੈ ਅਪਲਾਈ ਕਰਨ ਦੀ ਉਹ 22 12 2021 ਹੈ ਤੇ ਜੋ ਫੀਸ ਭਰਨ ਦੀ ਆਖਰੀ ਮਿਤੀ ਰੱਖੀ ਗਈ ਹੈ ਉਹ 29 12 2021 ਰੱਖੀ ਗਈ ਹੈ ਹੁਣ ਆਪਾਂ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਐਸਸੀ ਸਚਡਿਊਲ ਟ్రਾਈਬਸ ਆਫ ਹਾਰ ਸਟੇਟਸ ਬੈਕਵਰਡ ਕਲਾਸਸ ਦੇ ਲਈ ਆਨਲਾਈਨ ਅਪਲੀਕੇਸ਼ਨ ਚਾਰਜ 500 ਰੁਪਏ ਤੇ ਐਗਜ਼ਾਮੀਨੇਸ਼ਨ ਫੀਸ 250 ਰੁਪਏ ਰੱਖੀ ਗਈ ਹੈ ਤੇ ਟੋਟਲ 750 ਰੁਪਏ ਰੱਖੀ ਗਈ ਹੈ ਐਕਸ ਸਰਵਿਸਮੈਨ ਆਫ ਪੰਜਾਬ ਸਟੇਟ ਓਨਲੀ ਦੇ ਵਿੱਚ 500 ਰੁਪਏ ਅਪਲੀਕੇਸ਼ਨ ਫੀਸ ਰੱਖੀ ਗਈ ਹੈ ਤੇ ਐਗਜ਼ਾਮੀਨੇਸ਼ਨ ਫੀਸ ਦੇ ਵਿੱਚ ਕੁਝ ਨਹੀਂ ਹੈ ਤੇ 500 ਰੁਪਏ ਟੋਟਲ ਫੀਸ ਹੋਵੇਗੀ ਉਸ ਤੋਂ ਬਾਅਦ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਵਿੱਚ ਪਰਸਨਲ ਵਿਦ ਡਿਸੇਬਿਲਟੀ ਐਂਡ ਲੀਨੀਅਲ ਦੇ ਲਈ ਇੱਕ ਸਰਵਿਸਮੈਨ LDE SM ਪੰਜਾਬ ਦੇ ਲਈ ਜੋ 500 ਰੁਪਏ ਫੀਸ ਰੱਖੀ ਗਈ ਹੈ ਅਪਲੀਕੇਸ਼ਨ ਚਾਰजेस ਕੋਈ ਐਗਜ਼ਾਮੀਨੇਸ਼ਨ ਫੀਸ ਨਹੀਂ ਹੈ 500 ਰੁਪਏ ਹੋਵੇਗੀ ਟੋਟਲ ਸਾਰੇ ਆ ਜਨਰਲ ਕੈਟਾਗਰੀ ਆਲ ਆਦਰ ਕੈਟਾਗਰੀ ਜਿੱਦਿ 500 ਰੁਪਏ ਆਨਲਾਈਨ ਅਪਲੀਕੇਸ਼ਨ ਚਾਰजेस ਨੇ ਐਗਜ਼ਾਮੀਨੇਸ਼ਨ ਫੀਸ 1000 ਰੁਪਏ ਤੇ 1500 ਰੁਪਏ ਟੋਟਲ ਫੀਸ ਰੱਖੀ ਗਈ ਹੈ ਇਹ ਸੀ ਮੇਨ ਮੇਨ ਪੁਆਇੰਟਸ 320 ਪੋਸਟ ਆਈਆਂ ਨੇ ਇਨਸਪੈਕਟਰ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਉਹਨਾਂ ਸੰਬੰਧੀ ਇਸ ਨੂੰ ਮੈਂ ਟੈਲੀਗ੍ਰਾਮ ਚੈਨਲ ਦੇ ਉੱਤੇ ਵੀ ਅਪਲੋਡ ਕਰ ਦੇਵਾਂਗਾ ਤੇ ਤੁਸੀਂ ਇਸ ਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਤੋਂ ਵੀ ਡਾਊਨਲੋਡ ਕਰ ਸਕੋਗੇ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਬੈਲ ਆਈਕਨ ਨੂੰ ਦਬਾ ਕੇ ਰੱਖੋ ਧੰਨਵਾਦ